ਅਸਲਾਮੁਅਲੈਕਮ ਤਮਾਮ ਤੇ ਸਾਰਿਆਂ ਤਾਲਬਿਲਮਾਨ ਨੂੰ ਮੇਰੀ ਤਰਫੋਂ ਅਸਲਾਮੁਅਲੈਕਮ ਕਿਉਂਕਿ ਇਹ ਜਿਹੜਾ ਲੈਕਚਰ ਹੈ ਇਹ ਪੰਜਾਬੀ ਚ ਹੋਵੇਗਾ ਉਹਦੀ ਵਜ੍ਹਾ ਹੈ ਵੀ ਕਿਉਂਕਿ ਇਸ ਵੀਡੀਓ ਲੈਕਚਰ ਦੇ ਵਿੱਚ ਅਸੀਂ 12ਵੀਂ ਕਲਾਸ ਦਾ ਯਾਨੀ ਕਿ ਇੰਟਰਮੀਡੀਏਟ ਪਾਰਟ 2 ਦਾ ਸੈਕੰਡ ਇਅਰ ਦਾ ਜਿਹੜਾ ਪੰਜਾਬੀ ਦਾ ਪੇਪਰ ਹੈ ਆਬਜੈਕਟਿਵ ਪੇਪਰ ਪਿਛਲੇ ਸਾਲ ਦਾ ਬੋਰਡ ਦਾ ਉਹਨੂੰ ਸੋਲਵ ਕਰਕੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਲਿਹਾਜ਼ਾ ਇਸ ਵਜ੍ਹਾ ਤੋਂ ਇਹ ਜਿਹੜੀ ਵੀਡੀਓ ਹੈ ਇਹ ਅਸੀਂ ਪੰਜਾਬੀ ਚ ਰਿਕਾਰਡ ਕਰਨ ਡਏ ਆਂ ਤੇ ਜਿੰਨੇ ਵੀ ਤਾਲਬੇ ਲਮੋ ਅچھے ਤਰੀਕੇ ਦੇ ਨਾਲ ਆਪਣਾ ਜਿਹੜਾ ਓਬਜੈਕਟਿਵ ਪੇਪਰ ਪਹਿਲਾਂ ਸੋਲਵ ਅਸੀਂ ਕਰਨੇ ਆ ਉਹਨੂੰ ਹੱਲ ਕਰਨੇ ਆ ਠੀਕ ਹੈ ਉਸ ਤੋਂ ਬਾਅਦ ਐਵੇਂ ਕੋ ਪੇਪਰ ਕੋਡ ਹੈ ਜੇ 4321 ਪੰਜਾਬੀ ਪਾਰਟ 2 ਜੇ ਠੀਕ ਹੈ ਦੂਸਰਾ ਜੇ ਪੰਜਾਬੀ ਦਾ ਪੇਪਰ ਔਰ ਕਲਾਸ 12ਵੀਂ ਲਿਹਾਜ਼ਾ ਜਿਹੜੇ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਸੈਕੰਡ ইয়ার ਦੀ ਐਫ ਏ ਦੀ ਉਹ ਅੱਛੇ ਤਰੀਕੇ ਦੇ ਨਾਲ ਜਿਹੜੀ ਏ ਉਹ ਇਹ ਮਰੂਜ਼ੀ ਯਾਦ ਕਰ ਲਓ ਕਿਉਂਕਿ ਬੋਰਡ ਦੇ ਪੇਪਰ ਦੀ ਮਰੂਜ਼ੀ ਔਰ ਇਹ ਬਹੁਤ ਜ਼ਿਆਦਾ ਅਹਮ ਹੈ ਤੇ ਮੈਨੂੰ ਉਮੀਦ ਹੈ ਅੱਲਾ ਦੇ ਘਰ ਵਿੱਚ ਕਿ ਅਗਰ ਤੁਸੀਂ ਇਹ ਜਿਹੜੇ ਪੰਜਾਬੀ ਦੇ ਆਬਜੈਕਟਿਵ ਪੇਪਰ ਨੇ ਮਰੂਜ਼ੀ ਜਿਹੜੇ ਪਰਚੇ ਨੇ ਇਹਨਾਂ ਦੀ ਜਿਹੜੀ ਮਰੂਜ਼ੀ ਉਹ ਅੱਛੇ ਤਰੀਕੇ ਦੇ ਨਾਲ ਯਾਦ ਕਰੋਗੇ ਤੇ ਤੁਹਾਡੇ ਬਹੁਤ ਅੱਛੇ ਨੰਬਰ ਆਉਣਗੇ ਤੇ ਚਲੋ ਤੇ ਪਹਿਲੀ ਜਿਹੜੀ ਮਰੂਜ਼ੀ ਇਹਦਾ ਸਵਾਲ ਇਹ ਪੜਨੇ ਆ ਮਾਹਰਾਂ ਦੇ ਮੁਤਾਬਕ ਦੁਨੀਆ ਦਾ ਕੁੱਲ ਰਕਬਾ ਏਕੜ ਹੈ ਤੇ ਕਿੰਨਾ ਰਕਬਾ ਹੈ 30 ਅਰਬ 30 ਅਰਬ ਜਿਹੜਾ ਹੈ ਇਹ ਕੁੱਲ ਏਕੜ ਰਕਬਾ ਹੈ ਦੁਨੀਆ ਦੇ ਵਿੱਚ ਜਿਹੜੇ ਏਕੜ ਨੇ ਉਹ ਕਿੰਨੇ ਨੇ 30 ਅਰਬ 30 ਅਰਬ ਤੇ ਦੂਸਰਾ ਸਵਾਲ ਏ ਕਿ ਪੰਜਾਬ ਦੀ ਸਭ ਤੋਂ ਵੱਡੀ ਫਸਲ ਏ ਤੇ ਪੰਜਾਬ ਦੀ ਸਭ ਤੋਂ ਵੱਡੀ ਫਸਲ ਕਿਹੜੀ ਏ ਇਹ ਕੀ ਲਿਖਿਆ ਮੇਰੇ ਕੋਲੋਂ ਵੈਸੇ ਪੜਿਆ ਨਹੀਂ ਜਾਣਦੇ ਆ ਕਿਉਂਕਿ ਮੈਂ ਪੰਜਾਬੀ ਦਾ ਟੀਚਰ ਨਹੀਂ ਮੈਂ ਇੰਗਲਿਸ਼ ਦਾ ਟੀਚਰ ਆ ਐਨੀਵੇਜ਼ ਇਹ ਜਿਹੜਾ ਨਾ ਤੁਸੀਂ ਹੁਣ ਵੇਖ ਲਿਆ ਜੇ ਪੰਜਾਬੀ ਪੜਨ ਵਾਲੇ ਹੋ ਤੇ ਪੜ੍ਹਾਉਣ ਵਾਲੇ ਹੋ ਇਹ ਕੀ ਲਿਖਿਆ ਠੀਕ ਹੈ ਜੀ ਅਗਲਾ ਸਵਾਲ ਹੈ ਤੀਸਰਾ ਉਹ ਵੇਖੋ ਡਰਾਮਾ ਪਤੰਗ ਵਿੱਚ ਕਿਰਦਾਰ ਨੇ ਪਤੰਗ ਵਿੱਚ ਕਿੰਨੇ ਕਿਰਦਾਰ ਨੇ ਤੇ ਜਿਹੜਾ ਸਹੀ ਜਵਾਬ ਹੈ ਉਹ ਇਹ 9 ਕਿਰਦਾਰ ਨੇ ਠੀਕ ਹੈ ਜੀ ਸਮਝ ਆ ਰਹੀ ਹੈ ਨਾ ਪੁੱਤਰੋ ਅ ਨੈਕਸਟ ਜੀ ਸਵਾਲ ਨੰਬਰ 4 ਫਰਖੰਦਾ ਲੋਦੀ ਦੇ ਨਾਵਲ ਨਾਵਲ ਦਾ ਨਾਮ ਇ ਉਹਦੇ ਨਾਵਲ ਦਾ ਨਾਮ ਕੀ ਹੈ ਜੰਡ ਦਾ ਅੰਗਾਰ ਜੰਡ ਦਾ ਅੰਗਾਰ ਇਹ ਜਿਹੜਾ ਨਾ ਜਵਾਬ ਉਹ ਠੀਕ ਹੈ ਬਾਕੀ ਗਲਤ ਨੇ ਅਗਲਾ ਸਵਾਲ ਹੈ ਕੋ ਪੰਜਵਾਂ ਤਨਕੀਦ ਅਰਬੀ ਲਫਜ਼ ਇਹਨੂੰ ਪੰਜਾਬੀ ਵਿੱਚ ਆਲੂ ਚਨਾ ਦੇ ਇਲਾਵਾ ਆਖਦੇ ਨੇ ਇਹਨੂੰ ਕੀ ਕਹਿੰਦੇ ਨੇ ਜੀ ਇਹਦਾ درست ਜਿਹੜਾ ਸਹੀ ਜਵਾਬ ਹੋਏ ਪਰਖ ਕੀ ਕਹਿੰਦੇ ਨੇ ਪਰਖ ਕਹਿੰਦੇ ਨੇ ਅਗਲਾ ਸਵਾਲ ਹੈ 6ਵਾਂ ਯੂਸਫ ਸ਼ਾ ਚੱਕ ਮਗਲ ਬਾਦਸ਼ਾਹ ਦੇ ਜ਼ਮਾਨੇ ਵਿੱਚ ਕਸ਼ਮੀਰ ਦਾ ਹਾਕਮ ਸੀ ਤੇ ਕਿਹੜਾ ਸੀ ਕਸ਼ਮੀਰ ਦਾ ਹਾਕਮ ਅਕਬਰ ਬਾਦਸ਼ਾਹ ਅਕਬਰ ਠੀਕ ਹੈ ਜੀ ਅਗਲਾ ਜੀ ਘਸਮੇਲਾ ਚਾਟਨ ਵਿੱਚ ਸ਼ਬੂ ਦੇ ਦੋ ਕੋਈ ਕੀ ਲਿਖਿਆ ਹੈ ਸ਼ਬੂ ਦੇ ਦੋ ਭਰਾਵਾਂ ਦਾ ਜ਼ਿਕਰ ਹੈ ਛੋਟੇ ਦਾ ਨਾਂ ਸੀ ਤੇ ਛੋਟੇ ਦਾ ਨਾਂ ਕੀ ਸੀ ਛੋਟੇ ਦਾ ਨਾਂ ਸੀ ਹਾਫਤਾਬ ਸਮਝ ਆ ਗਈ ਜੇ ਅਗਲਾ 7ਵਾਂ ਜਿਹੜਾ ਕੁਐਸਚਨ ਹੈ ਉਹ ਏ 8ਵਾਂ ਸਵਾਲ ਇਹ ਸਬਕ ਪੰਜਾਬ ਦੇ ਆ ਲੋਕ ਰਸਮਾਂ ਪੰਜਾਬ ਦੀਆਂ ਲੋਕ ਰਸਮਾਂ ਨੇ ਲਿਖਿਆ ਹੈ ਤੇ ਕਿੰਨੇ ਲਿਖਿਆ ਹੈ ਏਦਾ ਲਖਾਰੀ ਕਿਹੜਾ ਡਾਕਟਰ ਅਖਤਰ हुसैन ਅਖਤਰ ਠੀਕ ਹੈ ਜੀ ਬੀ ਜਵਾਬ درست ਹੈ ਅਗਲਾ ਸਵਾਲ ਹੈ ਸੈਫਲਨਾਮਾ ਮਸਨਫੀ ਸੈਫਲ ਮਲੂਕ ਵਿੱਚੋਂ ਲਿਖਤ ਤੇਹਾਦੇ ਸਿਲੇਬਸ ਵਿੱਚ ਸ਼ਾਮਲ ਹੈ ਤੇਹਾਦੇ ਤੁਹਾਡੇ ਅਸੀਂ ਕਹਿੰਨੇ ਆ ਤੇ ਪੰਜਾਬੀ ਇਹਦੇ ਤੇਹਾਦੇ ਤਾ ਦੇ ਸਲੇਬਸ ਵਿੱਚ ਸ਼ਾਮਲ ਹੈ ਤੇ ਕਿਦੇ ਵਿੱਚ ਹਮਦ ਠੀਕ ਹੈ ਜੀ ਇਹ ਸੀ ਜਵਾਬ درست ਤੇ ਡੀ ਹਮਦ ਅਗਲਾ ਸਵਾਲ ਹੈ 10ਵਾਂ ਰਾਕਬ ਕਸੂਰੀ ਨੇ ਨਾਤ ਰਹਿੰਦੀਆਂ ਅਖਨੀ ਸ਼ੁਰੂ ਕੀਤੀ ਸੀ ਰਹਿੰਦੀਆਂ ਆਖਨੀ ਸ਼ੁਰੂ ਕੀਤੀ ਸੀ ਸਰਹੰਦ ਠੀਕ ਹੈ ਕਿਦੋਂ ਸਰਹੰਦ ਕਿਹੜਾ ਜਵਾਬ ਹੈ ਡੀ ਅੱਗੇ ਵੀ 11ਵਾਂ ਸਵਾਲ ਰਾਂਜਨ ਰਾਂਜਨ ਮੈਨੂੰ ਸਭ ਕੋਈ ਅੱਖੋ हीर ना आखो ਕੋਈ ਇਹ ਮਿਸਰਾ ਏ ਕਿਦਾਂ ਮਿਸਰਾ ਏ ਸ਼ਾਹ ਹੁਸੈਨ ਦਾ ਸੀ ਜਿਹੜਾ ਜਵਾਬੇ درست ਤੇ ਠੀਕ ਹੈ ਅੱਗੇ 12ਵਾਂ ਜਿਹੜਾ ਸਵਾਲ ਏ ਹੂ ਇੱਕ ਸੂਫੀ ਸ਼ਾਇਰ ਦੀ مستقل ਰਦੀਫ ਏ ਸ਼ਾਇਰ ਦਾ ਨਾਮ ਹੈ ਸੁਲਤਾਨ ਬਾਹੂ ਤੋਂ ਸੁਲਤਾਨ ਬਾਹੂ ਦੀ ਜਿਹੜੀ ਰਦੀਫ ਏ ਹੂ ਅਲਫ ਲਲਾ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਮੁਰਸ਼ਦ ਲਾਈ ਹੂ ਤੇ ਆ ਜਿਹੜਾ ਹੂ ਹੈ ਇਹ ਰਦੀਫ ਹੈ ਠੀਕ ਹੈ ਸਹੀ ਤਰ੍ਹਾਂ ਯਾਦ ਕਰਨਾ ਜੇ 13ਵਾਂ ਸਵਾਲ ਹੈ ਹੁਸਨ ਮਹਿਮਾਨ ਨਹੀਂ ਘਰਬਾਰੀ ਕੀ ਉਸ ਦਾ ਫਰਮਾਨਾ ਹੈ ਮਿਸਰਾ ਸ਼ਾਇਰ ਦਾ ਇਹ ਕਿਹੜੇ ਸ਼ਾਇਰ ਦਾ ਮਿਸਰਾ ਹੈ ਇਹ ਵੀ ਮੀਆਂ ਮੁਹੰਮਦ ਬਖਸ਼ ਦਾ ਮੈਂ ਮੁਹੰਮਦ ਬਖਸ਼ ਲਿਖਿਆ ਮੀਆਂ ਮੁਹੰਮਦ ਬਖਸ਼ ਠੀਕ ਹੈ ਜੀ ਇਹ ਸਹੀ ਕਰ ਲੈਣਾ ਤੁਸੀਂ ਅਗਲਾ 14ਵਾਂ ਸਵਾਲ ਹੈ ਨਜ਼ਮ ਕੁੱਲਾ ਰਖ ਕੁੱਲਾ ਰਖ ਰੁਖ ਕੱਲਾ ਰੁਖ ਓਏ ਹੋਏ ਕੀ ਹਾਲ ਹੋ ਗਿਆ ਅਸੀਂ ਪੰਜਾਬੀ ਪੜੀ ਨਹੀਂ ਹੈ ਤੇ ਚਲੋ ਜਿਹੜੇ ਪੜ ਰਹੇ ਉਹਨਾਂ ਵਾਸਤੇ ਅਸੀਂ ਆਸਾਨੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬੀ ਦਵੇ ਨਜ਼ਮ ਕੱਲਾ ਰੁਖ ਦੀ ਏ ਕੱਲਾ ਰੁਖ ਕਿਦੀ ਏ ਤੇ ਬशीर मंਜ਼ਰ ਦੀ ਏ ਕਿਦੀ ਏ ਬशीर मंਜ਼ਰ ਦੀ ਅਗਲਾ ਸਵਾਲ ਏ 15ਵਾਂ ਸਰਗੀ ਸਰਗੀ ਦਾ ਤਾਰਾ ਸਰਗੀ ਦਾ ਤਾਰਾ ਵਿੱਚੋਂ ਸ਼ਾਇਰ ਦੀ ਗਜ਼ਲ ਤੁਹਾਨੂੰ ਪੜਨ ਨੂੰ ਦਿੱਤੀ ਗਈ ਹੈ ਕਿਦੀ ਹੈ ਜੀ ਸਲੀਮ ਕਾਸ਼ਰ ਦੀ ਕਿਦੀ ਸਲੀਮ ਕਾਸ਼ਰ ਦੀ ਅਗਲਾ ਹੈ ਜੀ 16ਵਾਂ ਜਿੰਨੂ ਮਸਨਫ ਪਾਇਆ ਉਹਨੂੰ ਸੀਨੋ ਚਾਰ ਚਾਰ ਗਿਆ ਸ਼ਾਇਰ ਦਾ ਮਿਸਰਾ ਹੈ ਕਿਦਾ ਕਿਸ ਸ਼ਾਇਰ ਦਾ ਮਿਸਰਾ ਹੈ ਡਾਕਟਰ ਰਸ਼ੀਦ ਅਨਵਰ ਦਾ ਠੀਕ ਹੈ ਜੀ ਅੱਗੇ ਵੇ 17ਵਾਂ ਸਵਾਲ ਤੂੰ ਵੀ ਛੰਨ ਉਛਾਲ ਕੋਈ ਲਿਖਾਰੀ ਦੀ ਕਿਤਾਬ ਬੇ ਮਨਸੂਰ ਵਜ਼ੀਰ ਆਬਾਦੀ ਇਹਦਾ ਦਰੁਸ ਜਵਾਬ ਹੈ ਠੀਕ ਹੈ ਜੀ 18ਵਾਂ ਸਵਾਲ ਹੈ ਇਲਤਾਫ ਕੁਰੈਸ਼ੀ ਦੀ ਕਿਤਾਬ ਵਿੱਚੋਂ ਤੁਸੀਂ ਇੱਕ ਨਜ਼ਮ ਪੜ੍ਹੀ ਹੈ ਤੇ ਇਲਤਾਫ ਕੁਰੈਸ਼ੀ ਦੀ ਕਿਤਾਬ ਕੀ ਸੀ ਅੱਖੀਆਂ ਦੇ ਪਰਛਾਵੇਂ ਅੱਖੀਆਂ ਦੇ ਪਰਛਾਵੇਂ ਅੱਗੇ 19ਵਾਂ ਸਵਾਲ ਹੈ ਸੋਚ ਸਮੁੰਦਰ ਤਰਦੇ ਉਮਰ گزار ਲਈ ਸੋਚ ਸਮੁੰਦਰ ਤਰਦੇ ਉਮਰ گزار ਲਈ ਸ਼ਾਇਰ ਦੀ ਗਜ਼ਲ ਦਾ ਪਹਿਲਾ ਮਸਰਾ ਹੈ ਤੇ ਕਿਹੜੇ ਸ਼ਾਇਰ ਦੀ ਗਜ਼ਲ ਦਾ ਪਹਿਲਾ ਮਸਰਾ ਹੈ ਅਲੀ ਮੁਹੰਮਦ ਮਲੂਕ ਦੀ ਗਜ਼ਲ ਦਾ ਪਹਿਲਾ ਮਸਰਾ ਠੀਕ ਹੈ ਜੀ ਅਗਲਾ ਸਵਾਲ ਹੈ ਗਾਲिब ਦੇ ਮਤਰਜਮ ਨੂੰ ਤੁਸੀਂ ਅਦਬ ਖਜ਼ੀਨੇ ਵਿੱਚ ਪੜਿਆਏ ਠੀਕ ਹੈ ਤੇ ਕਿਦੇ ਵਿੱਚ ਅਸੀਰ ਆਬਦ ਹੈ ਐ ਤੇ ਪਿਆਰੇ ਤਾਲਬ ਇਲਮੋ ਸੀ ਮਾਰੂਜੀ ਪੇਪਰ ਹੋਣ ਵੇਲੇ ਉਹ ਆਪਣਾ ਕਿਹੜਾ ਪੇਪਰ ਜਿਹੜਾ ਇਨਸ਼ਾਈਆ ਪੇਪਰ ਹੈ ਠੀਕ ਹੈ ਇਹ ਵੇਖ ਲਵੋ ਕਿਹੜੇ ਕਿਹੜੇ ਸਵਾਲ ਆ ਹਮਨੇ ਤਾਂ ਕਿ ਤੁਸੀਂ ਪੰਜਾਬੀ ਦੇ ਵਿੱਚੋਂ ਬਹੁਤ ਅੱچھے ਨੰਬਰ ਲੈ ਸਕੋ ਆ ਪਹਿਲਾ ਹਿੱਸਾ ਜੇ ਕੋਈ 5 ਜੁਜ਼ਾਂ ਦੇ ਜਵਾਬਾਂਤ ਦੇਵੋ ਇਹ ਸਵਾਲ ਜੇ ਅੱਛੇ ਤਰੀਕੇ ਨਾਲ ਯਾਦ ਤੁਸੀਂ ਕਰ ਲੈਨੇ ਨੇ ਫਿਰ ਤੀਸਰਾ ਸਵਾਲ ਹੈ ਜੁਜ਼ਾਂ ਦੇ ਜਵਾਬ ਦਵੋ ਅਨਾਇਦ ਮਾਸਟਰ ਜੀ ਕਿਉਂ ਨਹੀਂ ਭੁੱਲ ਸਕਦਾ ਹਿਬਾ ਖਤੂਨ ਦੀ ਪਹਿਲੀ ਸ਼ਾਦੀ ਕਿਸ ਨਾਲ ਹੋਈ ਇਬਾਖਤ ਹੁੰਦਾ ਪਿੰਡ ਕਿਸ وجہ ਨਾਲ ਮਸ਼ਹੂਰ ਹੈ ਨਜ਼ਮ ਕੱਲਾ ਰੁਖ ਦਾ ਮوضوع ਕੀ ਹੈ ਇਹ ਸਾਰੇ ਜਿਹੜੇ ਸਵਾਲ ਹੈ ਨਾ ਇਹ ਤੁਸੀਂ ਯਾਦ ਕਰਨੇ ਨੇ ਅچھے ਤਰੀਕੇ ਨਾਲ ਠੀਕ ਹੈ ਅਗਲਾ ਸਵਾਲ ਹੈ ਫਿਰ ਸ਼ਾਰਟ ਕੁਐਸਚਨ ਨੇ ਇਹਦੇ ਵਿੱਚ ਵੀ ਤਰੀਆਂ ਨੰਬਰਾਂ ਦੇ ਛੋਟੇ ਸਵਾਲ ਹੁੰਦੇ ਨੇ ਠੀਕ ਹੈ ਚੀਨ ਹੋਮ ਕੀ ਸੰ ਤੇ ਬਰਤਾਨੀਆਂ ਨੇ ਇਹਨਾਂ ਤੋਂ ਕੀ ਫਾਇਦਾ ਚੁੱਕਿਆ ਸ਼ੁਭਾਨਾ ਨੂੰ ਮੱਥੇ ਤੇ ਜ਼ਖਮ ਕਿਵੇਂ ਲੱਗਾ ਸਬਕਮਸੀਲਾ ਚਾਨਣ ਵਿੱਚ ਕਿਸ ਸਮਾਜੀ ਰੋਗ ਨੂੰ ਪੇਸ਼ ਕੀਤਾ ਗਿਆ ਹੈ ਲੋਕ ਰਸਮਾਂ ਦੇ ਫਾਇਦੇ ਲਿਖੋ ਠੀਕ ਹੈ ਇਹ ਜਿਹੜੇ ਸਵਾਲ ਨੇ ਨਾ ਇਹ ਤੁਸੀਂ ਅੱਛੇ ਤਰੀਕੇ ਨਾਲ ਯਾਦ ਕਰ ਲੈਨੇ ਇਹ ਦੂਸਰਾ ਹਿੱਸਾ ਵੇਖੋ ਠੀਕ ਹੈ ਤੇ ਮੈਂ ਇੱਕ ਅਕਾਲ ਸੁਣ ਲਵਾਂ ਅੱਛਾ ਐ ਤੁਸੀਂ ਵੇਖ ਲਏ ਨੇ ਮੈਂ ਉਮੀਦ ਕਰਨਾ ਕਿ ਤੁਹਾਨੂੰ ਆ ਜਿਹੜੀ ਵੀਡੀਓ ਹੈ ਨਾ ਸਬਜੈਕਟਿਵ ਤੇ ਆਬਜੈਕਟਿਵ ਪੇਪਰ ਤੇ ਬੜੀ ਅੱਛੀ ਲੱਗੀ ਹੋਏਗੀ ਤੇ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓਜ਼ ਅੱਛੀਆਂ ਲੱਗਦੀਆਂ ਹੋਣ ਤੇ ਡੀਅਰ ਸਟੂਡੈਂਟਸ ਤੁਸੀਂ ਮੇਰਾ ਜਿਹੜਾ YouTube ਚੈਨਲ ਹੈ ਨਾ ਇਹਨੂੰ ਸਬਸਕ੍ਰਾਈਬ ਕਰਨਾ ਹੈ ਸਬਸਕ੍ਰਾਈਬ ਦਾ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਪਤਾ ਹੋਏਗਾ ਤੁਸੀਂ 12ਵੀਂ ਕਲਾਸ ਦੇ ਸਟੂਡੈਂਟਸ ਹੋ ਲਿਹਾਜ਼ਾ ਤੁਸੀਂ ਜਲਦੀ ਜਲਦੀ ਇਹ ਜਿਹੜਾ ਚੈਨਲ ਹੈ ਨਾ ਸਬਸਕ੍ਰਾਈਬ ਕਰਨਾ ਤੁਸੀਂ ਚੈਨਲ ਸਬਸਕ੍ਰਾਈਬ ਕੋ ਨਹੀਂ ਕੀਤਾ ਹੋਇਆ ਹੁਣ ਤੁਸੀਂ ਚੈਨਲ ਸਬਸਕ੍ਰਾਈਬ ਕਰਨਾ ਹੈ ਤੇ ਇੱਕ ਘੰਟੀ ਦਾ ਨਿਸ਼ਾਨ ਹੋਣਾ ਹੈ ਬੈਲ ਦਾ ਨਿਸ਼ਾਨ ਉਹਨੂੰ ਤੁਸੀਂ ਇੰਜ ਨਾ ਦਬਾ ਦੇਣਾ ਅਪਰੈਸ ਕਰ ਦੇਣਾ ਐਕਰ ਸਰ ਦੇ ਨਾਲ ਠੀਕ ਹੈ ਟੱਚ ਕਰ ਦੇਣਾ ਉਹਦੇ ਤੇ ਅਗਰ ਤੁਹਾਡੇ ਕੋਲ ਟੱਚ ਮੋਬਾਈਲ ਹੈ ਤੇ ਤੁਹਾਨੂੰ ਇਨਸ਼ਾ ਅੱਲਾਹ ਲਜੀਜ਼ ਜਿੰਨੇ ਵੀ ਵੀਡੀਓ ਲੈਕਚਰਸ ਨੇ ਪੁਰਾਣੇ ਪੇਪਰ ਨੇ ਨਾ ਬੋਰਡ ਦੇ ਠੀਕ ਹੈ ਪਿਛਲੇ ਸਾਲਾਂ ਦੇ ਉਹ ਤੇ ਹਲ ਸ਼ੁਦਾ ਜਿਹੜੀ ਮਰੂਜ਼ੀ ਹੈ ਜਿਸ ਤਰ੍ਹਾਂ ਇਹ ਵੇਖਦੇ ਹੋ ਪਏ ਅਸੀਂ ਤੁਹਾਨੂੰ ਹੱਲ ਕਰਕੇ ਦਿੱਤੀ ਹੈ ਮਰੂਜ਼ੀ ਤੇ ਇਨਸ਼ਾਅੱਲਾਹੁਲ ਅਜ਼ੀਜ਼ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਤਿਆਰੀ ਕਰੋਗੇ ਤੇ ਤੁਹਾਡੇ ਬੜੇ ਚੰਗੇ ਨੰਬਰ ਆਉਣਗੇ ਬੜੇ ਅچھے ਨੰਬਰ ਆਉਣਗੇ ਤੇ ਤੁਸ ਅੱਲਾਹ ਤਾਲਾ ਤੁਹਾਨੂੰ ਕਾਮਯਾਬੀ عطا ਕਰੇਗਾ ਲੋ ਜੀ ਤੁਸੀਂ ਇਸੇ ਤਰ੍ਹਾਂ ਹੀ ਮੇਰੇ ਚੈਨਲ ਦੀ ਵੀਡੀਓਜ਼ ਵੇਖਦੇ ਆ ਰਹਿਣਾ ਠੀਕ ਹੈ ਔਰ ਆਪਣੇ ਪੇਪਰਾਂ ਦੀ ਤਿਆਰੀ ਕਰਦੇ ਰਹਿਣਾ ਓਕੇ ਅ ਅੱਲਾ ਰੱਖਾ ਤੁਹਾਡਾ ਬਹੁਤ ਸ਼ੁਕਰੀਆ ਅੱਲਾ ਹਫਿਜ਼